ਸਤਿ ਸ਼੍ਰੀ ਅਕਾਲ, ਮੈਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਤੇ। ਪੰਜਾਬ ਸਰਕਾਰ ਵੱਲੋਂ ਜੌਬ ਹੈਲਪਲਾਈਨ ਨੰਬਰ ਜਾਰੀ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਫੋਨ ਕਰਕੇ ਨੌਜਵਾਨ ਨੂੰ ਨੌਕਰੀ ਲਈ ਦਿੱਤਾ ਸੱਦਾ। ਪੰਜਾਬ ਦੇ ਕੈਬਨਿਟ ਮੰਤਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਫੈਸਲੇ ਦਾ ਕੀਤਾ ਸਵਾਗਤ। ਮੁਕੇਰੀਆਂ 'ਚ ਭਾਜਪਾ ਵਰਕਰਾਂ ਨੇ ਫੂਕਿਆ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ। ਜੰਗੀ ਲਾਲ ਮਹਾਜਨ ਨੇ ਕੀਤੀ ਅਗਵਾਈ। ਅਤੇ ਲਹਿਰਾ ਗਾਗਾ 'ਚ ਬਿਜਲੀ ਮੁਲਾਜ਼ਮ ਦੀ ਕੁੱਟਮਾਰ, ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ ਘਰ ਨੌਕਰੀ ਦੇਣ ਦੇ ਵਾਅਦੇ ਮੁਤਾਬਕ ਜੌਬ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਨੌਕਰੀ ਮਿਲਣ ਵਿੱਚ ਆਸਾਨੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਖੁਦ ਵੀ ਇੱਕ ਨੌਜਵਾਨ ਨਾਲ ਗੱਲ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਖੁਦ ਫੋਨ ਕਰਕੇ ਨੌਕਰੀ ਦੇ ਰਹੇ ਨੇ। ਜੀ ਹਾਂ, ਪੰਜਾਬ ਸਰਕਾਰ ਦੇ ਵੱਲੋਂ ਇੱਕ ਜੌਬ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕੀਤੀ, ਜਿਨ੍ਹਾਂ ਨੇ ਇੱਕ ਨੌਜਵਾਨ ਨੂੰ ਫੋਨ ਕਰਕੇ ਉਸ ਨੂੰ ਨੌਕਰੀ ਦਿਵਾਉਣ ਦਾ ਪੂਰਾ ਭਰੋਸਾ ਦਿਵਾਇਆ ਹੈ। ਅਤੇ ਇਸ ਦੀ ਵੀਡੀਓ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕੀਤੀ ਹੈ। ਤੁਸੀਂ ਵੀ ਸੁਣੋ ਕੈਪਟਨ ਅਮਰਿੰਦਰ ਸਿੰਘ ਨੇ ਕਿਵੇਂ ਪੰਜਾਬ ਦੇ ਇੱਕ ਨੌਜਵਾਨ ਦੇ ਨਾਲ ਨੌਕਰੀ ਬਾਰੇ ਗੱਲਬਾਤ ਕੀਤੀ। ਹੈਲੋ ਵਿਕਰਮ ਜੀ, ਕਿੱਥੇ ਰਹਿੰਦੇ ਹੋ ਤੁਸੀਂ? ਪੰਜਾਬ ਤਾਂ ਹੈ, ਪਰ ਕਿਹੜੀ ਜਗ੍ਹਾ, ਕਿਹੜਾ ਪਿੰਡ ਹੈ ਤੁਹਾਡਾ ਜਾਂ ਸ਼ਹਿਰ ਆ? ਹੈ ਜੀ, ਤਰਨ ਤਾਰਨ। ਅੱਛਾ, ਤੋ ਤੁਸੀਂ ਨੌਕਰੀ ਪਾਲ ਰਹੇ ਹੋ? ਕੀ ਕਿੰਨੇ ਪੜ੍ਹੇ ਹੋ ਤੁਸੀਂ? 12। ਆਹ ਜਿਹੜੀ ਕਾਲ ਅਸੀਂ ਤੁਹਾਨੂੰ ਕੀਤੀ ਹੈ, ਤੁਹਾਨੂੰ ਆ ਗਈ ਹੋਣੀ ਹੈ ਕਾਲ ਇੱਕ ਇਸ ਤੋਂ ਪਹਿਲਾਂ? ਹਾਂ, ਬਸ ਉਹ ਤੁਹਾਨੂੰ ਥੋੜ੍ਹੀ ਦੇਰ ਬਾਅਦ ਅਸੀਂ ਉਹੀ ਨੰਬਰ 'ਤੇ ਤੁਹਾਨੂੰ ਫਿਰ ਦੱਸਾਂਗੇ ਕਿ ਤੁਸੀਂ ਕਿੱਥੇ ਜਾਓ। ਤੁਹਾਨੂੰ ਨੌਕਰੀ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਔਰ ਤੁਹਾਨੂੰ ਅਸੀਂ ਕੋਸ਼ਿਸ਼ ਕਰਕੇ ਤੁਹਾਨੂੰ ਨੌਕਰੀ ਦਿਵਾਉਣ ਦੀ, ਇਹੀ ਸਾਡਾ ਪ੍ਰੋਗਰਾਮ ਹੈ ਸਰਕਾਰ ਦਾ, ਔਰ ਇਹੀ ਅਸੀਂ ਦੇਖ ਰਹੇ ਹਾਂ। ਵਧੀਆ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਓਕੇ, ਥੈਂਕ ਯੂ। ਤੇਰੇ ਨਾਲ ਹੁਣੇ ਤੁਹਾਡੇ ਨਾਲ ਸੀਐਮ ਸਾਹਿਬ ਗੱਲ ਕਰ ਰਹੇ ਸੀ, ਮੁੱਖ ਮੰਤਰੀ ਜੀ ਕੈਪਟਨ ਅਮਰਿੰਦਰ ਸਿੰਘ ਜੀ। ਯਕੀਨ ਨਹੀਂ ਆ ਰਿਹਾ, ਇੱਕ ਵਾਰ ਫਿਰ ਕਰਾਵਾਂ? ਆਪਾਂ ਮਿਲੇ ਆ ਪਹਿਲਾਂ ਸਰ? ਥੋੜੇ ਸਰ ਜੀ, ਕਿੱਥੇ ਮਿਲੇ ਆਪਾਂ? ਅੱਛਾ, ਨਹੀਂ ਬੇਟਾ, ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ, ਔਰ ਕੋਸ਼ਿਸ਼ ਸਾਡੀ ਹੈ ਕਿ ਜਿਹੜੇ ਆਪਣੇ ਤੁਹਾਡੇ ਵਰਗੇ ਬੱਚੇ ਬੈਠੇ ਨੇ, ਅਸੀਂ ਉਹਨਾਂ ਨੂੰ ਨੌਕਰੀ ਕੋਈ ਦਵਾ ਸਕੀਏ। ਔਰ ਤੁਹਾਨੂੰ ਆਹੀ ਨੰਬਰ ਜਿਹੜਾ ਪਹਿਲਾਂ ਆਇਆ ਸੀ, ਉਸੇ ਨੰਬਰ 'ਤੇ ਤੁਹਾਨੂੰ ਟੈਲੀਫੋਨ ਆਊਗਾ, ਜਦ ਅਸੀਂ ਭਾਲ ਲਾਂਗੇ ਤੁਹਾਡੇ ਵਾਸਤੇ। ਅੱਛਾ ਬੇਟਾ, ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਹੀ ਪੰਜਾਬ 'ਚ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਦੇ ਲਈ ਜੌਬ ਫੇਅਰ ਵੀ ਲਗਾਏ ਜਾ ਰਹੇ ਨੇ, ਤੇ ਹੁਣ ਸਰਕਾਰ ਦੇ ਵੱਲੋਂ ਇੱਕ ਜੌਬ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ, ਜਿਸ ਦੇ ਤਹਿਤ ਨੌਜਵਾਨਾਂ ਨੂੰ ਫੋਨ ਕਰਕੇ ਉਹਨਾਂ ਦੀ ਯੋਗਤਾ ਪੁੱਛੀ ਜਾਂਦੀ ਹੈ, ਤੇ ਸਰਕਾਰ ਦੇ ਮੁਤਾਬਕ ਇਸੇ ਤਰ੍ਹਾਂ ਨਾਲ ਹੁਣ ਪੰਜਾਬ ਦੀ ਬੇਰੁਜ਼ਗਾਰੀ ਦੂਰ ਕੀਤੀ ਜਾਏਗੀ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੀ ਰਿਪੋਰਟ। ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਪਾਸਪੋਰਟ ਤੋਂ ਛੋਟ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪਾਸਪੋਰਟ ਦੀ ਛੂਟ ਦੇ ਫੈਸਲੇ ਤੇ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਪਾਕਿਸਤਾਨ ਦੇ ਇਸ ਫੈਸਲੇ ਤੋਂ ਖੁਸ਼ ਹੈ। ਉਹਨਾਂ ਦੱਸਿਆ ਕਿ ਪੀਐਮ ਇਮਰਾਨ ਖਾਨ ਦੇ ਇਸ ਫੈਸਲੇ ਦੇ ਨਾਲ ਸਿੱਖ ਸੰਗਤ 'ਚ ਖੁਸ਼ੀ ਦੀ ਲਹਿਰ ਹੈ, ਇਸ ਦੇ ਨਾਲ ਹੀ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਚ ਵੀ ਪਿਆਰ ਵਧੇਗਾ ਅਤੇ ਭਾਰਤ ਪਾਕਿਸਤਾਨ ਦਾ ਵਪਾਰ ਵੀ ਵਧੇਗਾ।
ਬਰਨਾਲਾ ਤੋਂ ਹਿਮਾਂਸ਼ੂ ਦੂਆ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ। ਬਿਜਲੀ ਦੇ ਬਿੱਲਾਂ 'ਚ ਕੀਤੇ ਜਾ ਰਹੇ ਵਾਧੇ ਦੇ ਵਿਰੋਧ 'ਚ ਭਾਜਪਾ ਵਰਕਰਾਂ ਨੇ ਮੁਕੇਰੀਆਂ ਵਿਖੇ ਜੰਗੀ ਲਾਲ ਮਹਾਜਨ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਵਰਕਰਾਂ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ। ਮੁਕੇਰੀਆਂ ਵਿਖੇ ਬੀਜੇਪੀ ਆਗੂ ਜੰਗੀ ਲਾਲ ਮਹਾਜਨ ਤੇ ਬੀਜੇਪੀ ਵਰਕਰਾਂ ਦੇ ਵੱਲੋਂ ਬਿਜਲੀ ਦੇ ਵਧੇ ਰੇਟਾਂ ਦੇ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੰਗੀ ਲਾਲ ਮਹਾਜਨ ਨੇ ਦੱਸਿਆ ਕਿ ਕੈਪਟਨ ਨੇ ਬਿਨਾਂ ਦੱਸੇ ਹੀ ਬਿਜਲੀ ਦੇ ਰੇਟਾਂ 'ਚ ਵਾਧਾ ਕੀਤਾ, ਜਿਸ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਕੈਪਟਨ ਅਮਰਿੰਦਰ ਦਾ ਪੁਤਲਾ ਫੂਕਿਆ ਹੈ ਇਸ ਕਰਕੇ ਕਿ ਕੈਪਟਨ ਅਮਰਿੰਦਰ ਨੇ ਕੱਲ੍ਹ ਅਨਾਊਂਸ ਕੀਤਾ ਕਿ ਬਿਜਲੀ ਦੇ ਰੇਟ ਵਧਣਗੇ। ਰੇਟ ਵਧਣ ਦੇ ਖਿਲਾਫ਼ ਜਿਹੜੇ ਮਤਲਬ ਪ੍ਰਦਰਸ਼ਨ ਕਰ ਰਹੇ ਹਾਂ, ਦੇਖੋ ਸਰਕਾਰੀ ਕਰਮਚਾਰੀਆਂ ਦਾ DA ਵਧਾਇਆ 11-1 ਤੋਂ, ਅਤੇ ਇਹ ਬਿੱਲ ਜਿਹੜੇ ਵਧਾਏ ਆ ਉਹ 11-1 ਤੋਂ ਨਹੀਂ ਵਧਾਏ, ਉਹ 1 ਅਪ੍ਰੈਲ ਤੋਂ ਵਧਾ ਦਿੱਤੇ। ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ 7 ਮਹੀਨਿਆਂ ਦਾ ਰੇਟ ਜਿਹੜਾ ਉਹਨਾਂ ਨੇ ਪਿੱਛੇ ਵਧਾਇਆ। ਇਸ ਦੇ ਨਾਲ ਹੀ ਜੰਗੀ ਲਾਲ ਮਹਾਜਨ ਵੱਲੋਂ ਮੰਗ ਕੀਤੀ ਗਈ ਕਿ ਜਲਦ ਹੀ ਬਿਜਲੀ ਦੇ ਰੇਟਾਂ ਦੇ ਵਾਧੇ ਵਾਪਸ ਲਏ ਜਾਣ। ਮੁਕੇਰੀਆਂ ਤੋਂ ਧਰਮਚੰਦ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਲਹਿਰਾ ਗਾਗਾ 'ਚ ਕੁਝ ਵਿਅਕਤੀਆਂ ਵੱਲੋਂ ਇੱਕ ਬਿਜਲੀ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ। ਕੁਝ ਵਿਅਕਤੀ ਬਿਜਲੀ ਦਫ਼ਤਰ ਵਿੱਚ ਸਿਕਿਉਰਿਟੀ ਜਮ੍ਹਾਂ ਕਰਵਾਉਣ ਆਏ ਸਨ, ਪਰ ਬਿਜਲੀ ਮੁਲਾਜ਼ਮ ਨੇ ਲੰਚ ਟਾਈਮ ਹੋਣ ਕਾਰਨ ਉਹਨਾਂ ਨੂੰ ਬਾਅਦ ਵਿੱਚ ਆਉਣ ਲਈ ਕਹਿ ਦਿੱਤਾ, ਜਿਸ ਤੋਂ ਗੱਲ ਵੱਧ ਕੇ ਕੁੱਟਮਾਰ ਤੱਕ ਜਾ ਪੁੱਜੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲਹਿਰਾ ਗਾਗਾ ਦੇ ਪਾਵਰਕੌਮ ਦੇ ਦਫ਼ਤਰ ਦੇ ਵਿੱਚ ਕੈਸ਼ੀਅਰ ਦੀ ਕੁੱਟਮਾਰ ਦਾ ਮਾਮਲਾ ਹੁੰਦ ਚ ਆਇਆ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਚਲਦਿਆਂ ਪਾਵਰਕੌਮ ਦੇ ਕਰਮਚਾਰੀ ਕਾਫੀ ਨਿਰਾਸ਼ ਨੇ ਅਤੇ ਉਹਨਾਂ ਨੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪੀੜਤ ਕੈਸ਼ੀਅਰ ਨੇ ਦੱਸਿਆ ਕਿ ਦੋ ਸ਼ਖਸ ਆਪਣੀ ਸਿਕਿਉਰਿਟੀ ਭਰਨ ਲਈ ਉਹਨਾਂ ਦੇ ਕੋਲ ਆਏ ਸਨ, ਜਦਕਿ ਉਸ ਸਮੇਂ ਦਫ਼ਤਰ ਦੇ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਚੱਲ ਰਿਹਾ ਸੀ ਅਤੇ ਜਦੋਂ ਅਧਿਕਾਰੀਆਂ ਨੇ ਉਹਨਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਤਾਂ ਉਹਨਾਂ ਦੇ ਵੱਲੋਂ ਗਾਲੀ ਗਲੋਚ ਕੀਤੀ ਗਈ ਅਤੇ ਉਸ ਦੇ ਬਾਅਦ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ। ਇਹ ਕਹਿੰਦੇ ਵੀ ਸਾਡੀ ਸਿਕਿਉਰਿਟੀ ਭਰ, ਮੈਂ ਉਹਨਾਂ ਨੂੰ ਕਿਹਾ ਮਹਾਂ ਵੀ ਲੰਚ ਟਾਈਮ ਹੋ ਗਿਆ, ਹੁਣ ਤਾਂ ਤੁਸੀਂ 1:30 ਤੋਂ 2 ਲੰਚ ਟਾਈਮ ਹੁੰਦਾ ਹੈਗਾ, ਤੁਸੀਂ 2 ਵਜੇ ਆ ਜਾਓ। ਤੁਸੀਂ ਕਹਿੰਦੇ ਨਾ ਤੂੰ ਐਕਸ਼ਨ ਦੀ ਸਿਕਿਉਰਿਟੀ ਫੜੀ ਹੈਗੀ, ਐਕਸ਼ਨ ਕਿਹੜਾ ਉੱਪਰ ਉੱਤਰ ਹੈਗਾ, ਅਤੇ ਮੈਨੂੰ ਫਿਰ ਗਾਲਾਂ ਕੱਢਣ ਲੱਗ ਗਏ, ਕਹਿ ਤੂੰ ਭਰਾਉਂਦਾ ਕਿਵੇਂ ਨਹੀਂ, ਮੈਨੂੰ ਭੈਣ ਦੀ ਗੱਲ ਕੱਢੀ ਹੈਗੀ। ਉਸ ਤੋਂ ਬਾਅਦ ਇਹ 2 ਜਣੇ ਸੀਗੇ, ਇਹਨਾਂ ਨੇ ਮੈਨੂੰ ਧੱਕਾ ਮਾਰਿਆ, ਧੱਕਾ ਮਾਰ ਕੇ ਮੇਰੀ ਸ਼ਰਟ ਪਾੜੀ ਹੈਗੀ ਅਤੇ ਮੈਂ ਨਾ ਕੁੱਟਮਾਰ ਕਰੀ ਸੀ। ਉਸ ਤੋਂ ਬਾਅਦ ਮਤਲਬ ਗੇਟ ਤੋੜ ਕੇ ਗਏ ਨੇ, ਆ ਕੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ, ਇੱਟਾਂ ਰੋੜੇ ਮਾਰੇ ਨੇ ਸੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਬਿਆਨਾਂ ਦੇ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਰਿਤਕ ਗੋਇਲ, ਰਿਸ਼ਵ ਗੋਇਲ ਅਤੇ ਸ਼ੁਭਮ, ਜੀਵਨ ਕੁਮਾਰ ਅਤੇ ਜਿਹੜਾ ਹੈ ਉਹਨਾਂ ਦਾ ਇੱਕ ਸਾਥੀ ਹੋਰ ਹੈ, ਉਹਨਾਂ 'ਤੇ 5 ਬੰਦਿਆਂ ਦੇ ਕੋਲ ਮਿਲਾ ਕੇ ਜਿਹੜਾ ਹੈ ਅੱਜ FA ਜਿਹੜੀ 273 ਨੰਬਰ ਅਧੀਨ ਧਾਰਾ 353, 186, 506, 427, 323 IPC ਤਹਿਤ ਥਾਣਾ ਲਹਿਰਾ ਵਿਖੇ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਜਿਹੜਾ ਹੈ ਮਦਈ SDO ਬਿਜਲੀ ਬੋਰਡ ਅਤੇ ਉਹਨਾਂ ਸਟਾਫ ਨੂੰ ਜਿਹੜੀ ਇਸ ਪੁਰਸਕਾਰ ਵਿੱਚ ਸੰਤੁਸ਼ਟੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ, ਦੋਸ਼ੀਆਂ ਦੇ ਘਰ ਰੇਡ ਕੀਤੇ ਜਾ ਰਹੇ ਹਨ ਔਰ ਜਲਦੀ ਹੀ ਜਿਹੜੇ ਦੋਸ਼ੀ ਇਹ ਗ੍ਰਿਫਤਾਰ ਕਰਕੇ ਜਿਹੜਾ ਕਾਨੂੰਨ ਉਹਨਾਂ ਦੇ ਖਿਲਾਫ਼ ਸਖਤੀ ਨਾਲ ਕਾਰਵਾਈ ਕੀਤੀ ਜਾਵੇ, ਤਾਂ ਕਿ ਅੱਗੇ ਤੋਂ ਕੋਈ ਜਿਹੜਾ ਹੈ ਵਿਅਕਤੀ ਗੁੰਡਾਗਰਦੀ ਨਾ ਕਰੇ ਅਤੇ ਕਿਸੇ ਵੀ ਕਰਮਚਾਰੀ ਨਾਲ, ਕਿਸੇ ਮਹਿਕਮੇ ਨਾਲ ਕੋਈ ਬਦਸਲੂਕੀ ਜਾਂ ਦੁਰਵਿਹਾਰ ਉਹਨਾਂ ਦੇ ਦਫ਼ਤਰ ਜਾ ਕੇ ਨਾ ਕਰੇ। ਲਹਿਰਾ ਗਾਗਾ ਤੋਂ ਗਗਨਦੀਪ ਸਿੰਘ ਦੀ ਰਿਪੋਰਟ। ਦਿੱਲੀ ਦੀ ਹਵਾ ਲਗਾਤਾਰ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ, ਜਿਸ ਕਾਰਨ ਦਿੱਲੀ ਦੇ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਗੰਦਲੀ ਹਵਾ ਦਾ ਸਭ ਤੋਂ ਵੱਧ ਅਸਰ ਬੱਚਿਆਂ 'ਤੇ ਹੁੰਦਾ ਹੈ। ਦਿੱਲੀ ਦੇ ਵਿੱਚ ਹਵਾ ਜਿਹੜੀ ਹੈ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਏਅਰ ਕੁਆਲਿਟੀ ਇੰਡੈਕਸ
ਜਿਹੜਾ ਜੀ ਹੈ ਉਹ ਕਰੀਬ 500 ਦੇ ਉੱਪਰ ਮਤਲਬ ਸੀਵੀਅਰ ਤੋਂ ਵੀ ਪਲੱਸ ਪਹੁੰਚ ਚੁੱਕਿਆ ਹੈ, ਖਤਰਨਾਕ ਤੋਂ ਵੀ ਵੱਧ ਜਿਹੜੀ ਸ਼੍ਰੇਣੀ ਹੈ ਉਹ ਪਹੁੰਚ ਚੁੱਕੀ ਹੈ। ਅਤੇ ਇਹਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਫੈਸਲਾ ਲਿਆ ਕਿ 5 ਤਰੀਕ ਤੱਕ ਸਾਰੇ ਹੀ ਸਕੂਲ ਬੰਦ ਰਹਿਣਗੇ, ਕਿਉਂਕਿ ਬੱਚੇ ਜ਼ਿਆਦਾ ਇਨਫੈਕਟਡ ਇਹਦੇ ਨਾਲ ਹੁੰਦੇ ਨੇ, ਇਸ ਕਰਕੇ ਸਾਰੇ ਸਕੂਲ ਬੰਦ ਕੀਤੇ ਜਾਣਗੇ। ਇਹੀ ਨਹੀਂ, ਕੋਈ ਵੀ ਕੰਸਟਰਕਸ਼ਨ ਦਾ ਕੰਮ ਨਹੀਂ ਕੀਤਾ ਜਾਏਗਾ ਅਗਲੇ ਆਦੇਸ਼ ਤੱਕ। ਉਹਦੇ 'ਤੇ ਰੋਕ ਲਾਈ ਹੋਈ ਹੈ, ਭਾਵੇਂ ਬਿਲਡਿੰਗ ਬਣਾਉਣ ਦਾ ਹੋਵੇ, ਰੋਡ ਬਣਾਉਣ ਦਾ ਕੰਮ ਹੋਵੇ, ਸਰਕਾਰੀ ਪ੍ਰੋਜੈਕਟ ਹੋਣ, ਸਾਰਾ ਕੰਮ ਰੋਕ ਦਿੱਤਾ ਗਿਆ ਹੈ। ਅਤੇ ਜਿਹੜੇ ਗੁਆਂਢੀ ਸੂਬੇ ਨੇ, ਭਾਵੇਂ ਉੱਤਰ ਪ੍ਰਦੇਸ਼ ਹੋਏ, ਹਰਿਆਣਾ ਹੋਏ, ਇਹਨਾਂ ਦੇ ਚੀਫ ਸੈਕਟਰੀਜ਼ ਨੂੰ ਲੈਟਰ ਲਿਖ ਕੇ ਪਰਾਲੀ ਵਾਲੇ ਮਾਮਲੇ ਦੇ ਵਿੱਚ ਛੇਤੀ ਛੇਤੀ ਕੁਛ ਕਰਨ ਦੀ ਮੰਗ ਵੀ ਕੀਤੀ ਗਈ ਹੈ, ਕਿਉਂਕਿ PM 2.5 ਜਿਹੜਾ ਕਿ 50 ਅਤੇ 100 ਦੇ ਵਿੱਚ ਹੋਣਾ ਚਾਹੀਦਾ, ਉਹ 500 ਦੇ ਉੱਪਰ ਹੋ ਗਿਆ ਹੈ। ਇਹ ਮਾਸਕ ਜਿਹੜਾ ਹੈ ਉਹ PM 2.5 ਨੂੰ ਰੋਕਦਾ ਹੈ, ਅਗਰ ਇਹ ਨਾ ਹੋਏ ਤਾਂ ਉਹ ਸਿੱਧਾ ਇਨਹੇਲ ਹੋ ਕੇ ਫੇਫੜਿਆਂ ਦੇ ਵਿੱਚ ਚੱਲ ਜਾਂਦੇ ਨੇ, ਉਹ ਬਿਮਾਰੀ ਦਾ ਕਾਰਨ ਬਣਦੇ ਨੇ। PM 10 ਜਿਹੜਾ ਜੀ ਇਹ ਕੰਸਟਰਕਸ਼ਨ ਦੇ ਕੰਮ ਨਾਲ ਆਉਂਦਾ ਹੈ, ਜਿਹੜੇ ਮੋਟੇ ਪਾਰਟੀਕਲ ਹੁੰਦੇ ਨੇ, ਤਾਂ ਕੰਸਟਰਕਸ਼ਨ ਦੇ ਕੰਮ 'ਤੇ ਵੀ ਹੁਣ ਰੋਕ ਲਾ ਦਿੱਤੀ ਗਈ ਹੈ। ਦੀਵਾਲੀ ਤੋਂ ਬਾਅਦ ਜਦੋਂ ਧੂੰਆਂ ਉੱਠਿਆ ਅਤੇ ਪਰਾਲੀ ਦਾ ਧੂੰਆਂ, ਉਹ ਦੋਵੇਂ ਮਿਲ ਕੇ ਹੁਣ ਇਹ ਪੂਰੀ ਸਮੋਕ ਦੀ ਚਾਦਰ ਬਣ ਚੁੱਕੀ ਹੈ। ਮੈਂ ਤਸਵੀਰਾਂ ਵੀ ਦਿਖਾਉਣਾ ਚਾਹਾਂਗਾ, ਇਹ ਪਿੱਛੇ ਰਾਸ਼ਟਰਪਤੀ ਭਵਨ ਦੀਆਂ ਤਸਵੀਰਾਂ ਨੇ, PMO ਇੱਥੇ ਹੈ, ਜਿਹੜੀ ਸੰਸਦ ਹੈ ਉਹ ਵੀ ਇੱਥੇ ਹੈ। ਤੁਸੀਂ ਦੇਖ ਸਕਦੇ ਚਿੱਟੀ ਚਾਦਰ ਫੇਈ ਹੋਈ ਹੈ, ਵਿਜੀਬਿਲਟੀ ਜਿਹੜੀ ਹੈ ਉਹ ਕਲੀਅਰ ਨਹੀਂ ਹੈ, ਇਸ ਕਰਕੇ ਉਡਾਨਾਂ ਜਿਹੜੀਆਂ ਨੇ ਜਾਂ ਟ੍ਰੇਨਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਅਸਰ ਹੋ ਰਿਹਾ, ਉਹਨਾਂ ਦੇ ਵਿੱਚ ਵੀ ਡਿਲੇ ਹੋ ਰਿਹਾ ਹੈ। ਸਿਹਤ 'ਤੇ ਤਾਂ ਫਰਕ ਪੈ ਹੀ ਰਿਹਾ ਹੈ, ਟਰਾਂਸਪੋਰਟ ਸਿਸਟਮ 'ਤੇ ਵੀ ਫਰਕ ਇਹਦਾ ਪੈ ਰਿਹਾ ਹੈ। ਕਈ ਜਿਹੜੇ ਵਿਦੇਸ਼ੀ ਨਾਗਰਿਕ ਦਿੱਲੀ ਦੇ ਵਿੱਚ ਘੁੰਮਣ ਆ ਰਹੇ ਨੇ, ਉਹਨਾਂ ਨੇ ਅਵੋਇਡ ਕਰਨਾ ਸ਼ੁਰੂ ਕਰਤਾ ਹੈ ਕਿ ਦੂਜੀ ਥਾਂ ਨੂੰ ਜਾਈਏ, ਕਿਉਂਕਿ ਇੱਥੇ ਕਾਫੀ ਜ਼ਿਆਦਾ ਪੋਲਿਊਸ਼ਨ ਹੱਲਿਆ। ਅਤੇ ਇੱਕ ਰਾਹਤ ਦੀ ਖਬਰ ਜ਼ਰੂਰ ਹੈ ਕਿ ਮੰਨਿਆ ਜਾ ਰਿਹਾ ਕਿ 1-2 ਦਿਨ ਦੇ ਵਿੱਚ ਥੋੜ੍ਹੀ ਬਹੁਤ ਹਲਕੀ ਬੁਛਾਰ ਜਿਹੜੀ ਪਾਣੀ ਦੀ ਉਹ ਪੈ ਸਕਦੀ ਹੈ, ਉਹ ਪੈ ਗਈ ਤਾਂ ਥੋੜ੍ਹਾ ਧੂੰਆਂ ਉਹਦੇ ਨਾਲ ਬਹਿ ਜਾਏਗਾ, ਫਿਰ ਥੋੜ੍ਹੀ ਰਾਹਤ ਜ਼ਰੂਰ ਮਿਲ ਗਈ। ਪਰ ਜਦੋਂ ਤੱਕ ਚੱਜ ਨਾਲ ਬਾਰਿਸ਼ ਨਹੀਂ ਹੁੰਦੀ ਹੈ ਅਤੇ ਪਰਾਲੀ ਦਾ ਜਦੋਂ ਸਾੜਨਾ ਖਤਮ ਨਹੀਂ ਹੁੰਦਾ ਹੈ, ਇਹ ਸਿਚੁਏਸ਼ਨ ਲੱਗਦਾ ਨਹੀਂ ਪੂਰੀ ਤਰ੍ਹਾਂ ਠੀਕ ਹੋ ਪਾਏਗੀ। ਦਿੱਲੀ ਤੋਂ ਨਿਤਿਨ ਦਿਮਾਨ, ਦੈਨਿਕ ਸਵੇਰਾ TV। ਜਲੰਧਰ 'ਚ ਪੁਲਿਸ ਦੀ ਇੱਕ ਗੱਡੀ ਨੇ ਲੋਕਾਂ ਨੂੰ ਵਕਤ ਪਾਈ ਰੱਖਿਆ। ਪੁਲਿਸ ਦੀ ਗੱਡੀ ਵਿੱਚ ਰੱਖੇ ਡੀਜ਼ਲ ਦੇ ਢੋਲ ਵਿੱਚੋਂ ਡੀਜ਼ਲ ਲੀਕ ਹੋ ਕੇ ਸੜਕ 'ਤੇ ਡੁੱਲਦਾ ਰਿਹਾ ਅਤੇ ਦੁਪਹੀਆ ਵਾਹਨਾਂ ਵਾਲੇ ਲੋਕ ਤਿਲਕ ਕੇ ਡਿੱਗਦੇ ਰਹੇ। CCTV ਤਸਵੀਰਾਂ ਜਲੰਧਰ ਦੇ ਕਿਸ਼ਨਪੁਰਾ ਚੌਂਕ ਦੀਆਂ ਨੇ, ਜਿੱਥੇ ਬੀਤੇ ਦਿਨ ਇੱਕ ਦੇ ਬਾਅਦ ਇੱਕ ਕਈ ਵਾਹਨ ਫਿਸਲਦੇ ਗਏ ਅਤੇ ਲੋਕਾਂ ਦੇ ਸੱਟਾਂ ਵੀ ਵੱਜਦੀਆਂ ਗਈਆਂ, ਜਿਸ ਦਾ ਕਾਰਨ ਸੀ ਸੜਕ ਤੇ ਡੁੱਲਿਆ ਤੇਲ। ਇਸੇ ਲਈ ਇੱਥੇ ਇੱਕ ਦੇ ਬਾਅਦ ਇੱਕ ਕਈ ਵਾਹਨ ਫਿਸਲਦੇ ਗਏ। ਅਤੇ ਉਸ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਇਹ ਸਾਰੇ ਹਾਦਸੇ ਇੱਕ ਪੁਲਿਸ ਦੀ ਗੱਡੀ ਦੇ ਕਾਰਨ ਵਾਪਰੇ। ਜਾਣਕਾਰੀ ਮੁਤਾਬਕ ਪੁਲਿਸ ਦੀ ਗੱਡੀ ਦੇ ਵਿੱਚ ਡੀਜ਼ਲ ਵਾਲਾ ਕੈਨ ਪਿਆ ਹੋਇਆ ਸੀ ਜੋ ਲਗਾਤਾਰ ਲੀਕ ਹੋ ਰਿਹਾ ਸੀ ਅਤੇ ਸੜਕ ਤੇ ਡੀਜ਼ਲ ਡੁੱਲ ਰਿਹਾ ਸੀ। ਇਸੇ ਦਾ ਖਮਿਆਜ਼ਾ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭੁਗਤਣਾ ਪਿਆ। ਹਾਲਾਂਕਿ ਬਾਅਦ ਦੇ ਵਿੱਚ ਲੋਕਾਂ ਦੇ ਵੱਲੋਂ ਹੀ ਇਸ ਸੜਕ ਤੇ ਮਿੱਟੀ ਪਵਾਈ ਗਈ ਤਾਂ ਜੋ ਹੋਰ ਵਾਹਨਾਂ ਦਾ ਨੁਕਸਾਨ ਨਾ ਹੋ ਸਕੇ। ਜਦਕਿ ਦੂਜੇ ਪਾਸੇ ਜਦੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਮਾਮਲੇ ਤੋਂ ਖੁਦ ਨੂੰ ਅਣਜਾਣ ਦੱਸਿਆ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਵਾਇਆ। ਇਹ ਮਾਮਲਾ ਮੇਰੇ ਧਿਆਨ 'ਚ ਨਹੀਂ ਹੈਗਾ, ਹੁਣ ਤੁਸੀਂ ਮੈਨੂੰ ਦਿਖਾਇਆ ਵਾ ਆਪਣੇ ਮੋਬਾਈਲ ਤੋਂ ਅਤੇ ਉਹਦਾ ਵੈਰੀਫਾਈ ਕਰਦੇ ਹਾਂ ਕੀ ਗੱਲ ਹੈ, ਕਿੱਦਾਂ ਕਿਹਦੀ ਲਾਪਰਵਾਹੀ ਹੈ, ਉਸ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਕਾਨੂੰਨ ਸਾਰਿਆਂ ਲਈ ਇੱਕੋ ਹੈਗਾ, ਜੇ ਮੁਲਾਜ਼ਮਾਂ ਗਲਤੀ ਕੀਤੀ ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ। ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿੱਚ ਸਮਾਗਮ ਸ਼ੁਰੂ ਹੋ ਗਏ ਨੇ। ਇਹਨਾਂ ਸਮਾਗਮਾਂ 'ਚ ਵੱਖ ਵੱਖ ਜਥੇਬੰਦੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ। ਬਾਬਾ ਭੂਰੀ ਵਾਲਿਆਂ ਨੇ ਵੀ ਸੰਗਤ ਦੀ ਸੇਵਾ ਲਈ ਵੇਈ ਕਿਨਾਰੇ ਆਪਣਾ ਪੰਡਾਲ ਲਗਾ ਲਿਆ ਹੈ। ਇਸ ਵੇਲੇ ਅਸੀਂ ਇੱਕ ਵੱਡ ਆਕਾਰੀ ਪੰਡਾਲ ਦੇ ਵਿੱਚ ਮੌਜੂਦ ਹਾਂ। ਤੁਹਾਨੂੰ ਉਸ ਤੋਂ ਪਹਿਲਾਂ ਦੱਸ ਦਿਆਂ ਕਿ ਇਹ ਪੰਡਾਲ ਬਾਬਾ ਭੂਰੀ ਵਾਲੇ ਸ਼੍ਰੀ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਉਹ ਸਜਾਇਆ ਗਿਆ, ਜਿੱਥੇ ਕਿ ਸੰਗਤ ਦੇ ਲਈ ਹਰੇਕ ਤਰ੍ਹਾਂ ਦੇ ਲੰਗਰ ਦੇ ਵਿੱਚ ਜਿਹੜੇ ਆ ਪਕਵਾਨ ਜਿਹੜੇ ਉਹ ਤਿਆਰ ਹੋ ਰਹੇ ਨੇ। ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਤੇ ਮਿਠਾਈ ਬਣਾਈ ਜਾ ਰਹੀ ਹੈ ਅਤੇ ਮਿਠਾਈ ਵੀ ਕੋਈ 1-2 ਪ੍ਰਕਾਰ ਦੀ ਨਹੀਂ, ਬਲਕਿ ਕਈ ਤਰ੍ਹਾਂ ਦੀਆਂ ਮਠਿਆਈਆਂ ਜਿਹੜੀਆਂ ਉਹ ਇੱਥੇ ਹਲਵਾਈ ਵੱਲੋਂ ਬਣਾਈਆਂ ਜਾ ਰਹੀਆਂ ਨੇ। ਤੁਸੀਂ ਵੇਖ ਸਕਦੇ ਕਿ ਕਿਵੇਂ ਇੱਥੇ ਸੇਵਾ ਦੇ ਵਿੱਚ ਜਿਹੜੇ ਲੱਗੇ ਹੋਏ ਨੇ, ਇਹ ਸੰਗਤ ਦੇ ਲਈ ਲੰਗਰ ਤਿਆਰ ਹੋ ਰਿਹਾ। ਇੱਕ ਵਾਰੀ ਫਿਰ ਤੁਹਾਨੂੰ ਦੱਸ ਦੇਵਾਂ ਕਿ
कार सेवा बाबा भूरी वाले श्री अमृतसर वालों ये वड्डा पंडाल जिहड़ा सजाया गया अते बहुत ही खूबसूरत जगह ते ये पंडाल जिहड़ा सजाया गया। तुहानू दस दवां कि काली वेई नदी दे कंडे ते ही बिल्कुल ये जिहड़ा पंडाल है ये सजाया गया ते कंडे नू वेखदे होए आले दुआले भी पूरी तरह नाल सुरक्षा दे मद्देनज़र जिहड़ी आ उह चार दीवारी कीती आरजी तौर ते इक चार दीवारी कीती गई है। तुहानू दूजे पासे भी कैमरे दी नज़र दे नाल दिखा दिंदे आ कि जिथे एक पासे मठियाईआं तैयार कीतीआं जा रहीआं ते दूजे पासे दाल फुलके दा लंगर भी जड़ा वो तैयार हो रहा जो कि संगत दे लई है। हुण तुहानूं मैं चल के दूजियां तस्वीरां वो दिखा दिंदी हां जिथे कि लंगर दी सेवा होर विकारे ने जिथे बीबियां बैठियां होईयां ने भाई जिहड़े वो बैठे हुए ने जो कि लंगर जिहड़ी है उहदी सेवा निभा रहे ने। तुसीं वेख सकदे हो कि सामने जिथे कि रसद का समान जड़ा वह पिया होया तो एक पास जी इतने सेवा चल रही है यही ने ये संगत है जो कि सेवा कर रही है। इतने तुसी वेख सकते हो तस्वीरों के किवें हर कोई जड़ा इतने सेवा दे जुटिया होया तो सब संगत दे लई किया जा रहा है। इतने महाराज पुरी जी वालों जड़े आ तमाम प्रबंध जड़े किए गए ने हर कोई इतने वध चढ़ के सेवा दे विच हिस्सा लै रहा है। तो तुहानू दस देवां कि इत्थे 12 दिन तक ही जिनी देर तक समागम चलणगे उन्नी देर तक यह पंडाल जिहड़ा सजाया जाएगा। काफ़ी आलीशान जिहड़ा पंडाल भी सजाया गया तुहानू कुछ समय तक आपां पंडाल दीआं तस्वीरां भी विखा दिंदे हां चलदे होए जावांगे ताकि नाल दी नाल तुसीं भी वो नज़ारा जिहड़ा वो माण सको जो इस वेले सुल्तानपुर लोधी की धरती से बनया होया। तो इस विचाले एक पंडाल जिहड़ा वह बहुत ही खूबसूरत तरीके दे नाल सजाएगा और सिर्फ खूबसूरती जिहड़ी है वह देखण दे विच ही नहीं है झलक रही बल्कि हर एक तरह की काम जिहड़े ने तैयारियां जिहड़ियां वह इत्थे कीतियां गईआं ने अते पूरी आस्था दे नाल इत्थे जिहड़ी वह तैयारी की जा रही है। इस अगर पंडाल सजाया गया तो उहदे विच भी अपनी ही एक जिहड़ी आस्था है वह झलक रही है। तुसीं पंडाल का नज़ारा देखो कि किवें सोहने तरीके नाल बड़े खूबसूरत तरीके दे नाल जिहड़ा वह पंडाल सजाया जा रहा ते लंगर हॉल जिहड़ा वह बेबे नानकी जी लंगर हॉल के नाम से सजाया गया जिथे कि हरेक तरह का प्रबंध किया गया। तुहानूं दस देवां कि जिथे जिहड़ी तुसीं तस्वीर देख रहे हो बिल्कुल इहदे सामने बाथरूमां का भी प्रबंध किया गया अते एक पासे जिते तुसीं टीन दी चार दीवारी देख रहे हो तो यह वेई नदी का कंडा है जिथे कि चार दीवारी करके पूरी सुरक्षा जिहड़ी है वह कायम की गई है कि ताकि किसी जो क्योंकि संगत आएगी तो काफ़ी गिनती दे विच संगत दी इत्थे पहुँचने की संभावना जिसनों वेखते हुए सुरक्षा का भी पूरे इत्थे जिहड़ा इंतजाम रखा गया। होर भी तुहानू इहदियां तस्वीरां दिखावांगे लेकिन महाराज पुरी वाले तैयारियों नू लैके गुरपुरब नू लैके की कह रहे ने एक बार सुन लेंदे आ। सुल्तानपुर जो इतिहासिक स्थान है गुरु महाराज का जिस नगरी विच गुरु महाराज तकरीबन 14-14.5 साल रहे ने उत्थे मनाया जा रहा मनाउण वास्ते सारिआं वल्लों बड़े वधिया सोहणे प्रबंध किए जा रहे ने हर तरह के प्रबंध ने संगतां दे चलण वास्ते वधिया सड़कां ने इत्थे रहण वास्ते बहुत वड्डे वड्डे कैंप भी जिहड़े आ लगाए गए ने पंजाब सरकार वल्लों श्रोमणी कमेटी वल्लों भी बणदे प्रबंध जिहड़े ने उह सारे अच्छे किए गए ने। इस तरह जिहड़ियां सुल्तानपुर लोधी दीआं संगतां ने इत्थों दे रहण वाली जिहड़ी संगत है प्रॉपर रहण वाले लोग ने उह भी बड़ा अच्छा कोऑपरेट कर रहे ने हैं बाहरों आउण वालीआं संगतां नूं। बाकी जो अपना सिख संप्रदावान ने उन्होंने भी जिथे जिथे जिन्हों कोई जगह मिली है उत्थे उत्थे कैंप लाए ने ते कैंपां दे विच रहायशां दा भी प्रबंध किया होया है टॉयलेट वॉशरूमां दा भी प्रबंध किया होया है ते बड़े वड्डे पद्धर ते जिहड़ा गुरु के लंगरां दा भी प्रबंध किया होया है। सुल्तानपुर लोधी आओ गुरु नानक देव जी महाराज के चरणों की धूड़ लाओ। हाँ जी ये दिन जिन्हों जिन्हों नसीब होया वो क्यों छड़े वो क्यों छड़े जे छड़े तो फिर वो नसीब किस तरह दे होंगे इस करके आओ अपने कर्मां नूं ते अपने नसीबां नूं महान बनाओ। ये बाबा गुरु बाबा जगत बाबा श्री गुरु नानक देव जी महाराज लुकाई दा सांझा बाबा है एक एक फिरके दा नहीं गा किसे एक जाति दा नहीं किसे एक मजहब दा नहीं किसे एक धर्म दा नहीं ये लुकाई दा है सांझा बाबा है सांझा गुरु है। आओ हाँ जी आओ छड़ो कम
ਗੁਰੂ ਬਾਬਾ ਜਗਤ ਬਾਬਾ ਤੇ 14 ਸਾਲ ਇੱਥੇ ਰਹਿ ਗਿਆ ਤੇ ਅਸੀਂ ਕਿਤੇ 14 ਦਿਨ ਨਹੀਂ ਆ ਸਕਦੇ, 14 ਦਿਨ ਨਹੀਂ ਰਹਿ ਸਕਦੇ। ਜਿੱਥੇ ਕਿ ਪੰਡਾਲ ਸਜਾਇਆ ਗਿਆ ਤੇ ਤੁਸੀਂ ਇਹ ਜੋ ਦੇਖ ਰਹੇ ਹੋ ਕਿ ਪੰਡਾਲ ਦੇ ਚਾਰੇ ਪਾਸੇ ਬੂਟੇ ਜਿਹੜੇ ਲਗਾਏ ਗਏ ਨੇ, ਹਰਿਆਵਲ ਦਾ ਜਿਹੜਾ ਉਹ ਵਾਤਾਵਰਨ ਨੂੰ ਹਰਿਆ ਭਰਿਆ ਕਰਨ ਦਾ ਇੱਕ ਸੁਨੇਹਾ ਵੀ ਦਿੱਤਾ ਗਿਆ। ਤੇ ਇਸ ਤੋਂ ਪਹਿਲਾਂ ਜੋ ਕਿ ਤੁਸੀਂ ਸੁਣ ਰਹੇ ਸੀਗੇ ਕਿ ਬਾਬਾ ਭੂਰੀ ਜੀ ਵਾਲੇ ਵੀ ਜੋ ਕਿ ਬਾਬੇ ਨਾਨਕ ਨੇ ਜੋ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਉਹੀ ਸੰਦੇਸ਼ ਲੋਕਾਂ ਨੂੰ ਵੀ ਉਹ ਦੇ ਰਹੇ ਨੇ ਕਿ ਉਹ ਇਸ ਚੀਜ਼ ਨੂੰ ਸਮਝਣ, ਸੁਲਤਾਨਪੁਰ ਲੋਧੀ ਆਉਣ ਤੇ ਇਹਨਾਂ ਸਮਾਗਮਾਂ ਦਾ ਜਿਹੜਾ ਉਹ ਆਨੰਦ ਮਨਾਉਣ, ਕਿਉਂਕਿ ਬਹੁਤ ਚਿਰ ਤੋਂ ਜਿਹੜੀ ਇਹਦੀਆਂ ਤਿਆਰੀਆਂ ਚੱਲ ਰਹੀਆਂ ਸਨ, ਲੋਕ ਜਿਹੜੀ ਉਹ ਉਡੀਕ ਕਰ ਰਹੇ ਸਨ ਤੇ ਜਦ ਉਹ ਦਿਨ ਆ ਚੁੱਕਿਆ ਤੇ ਸਾਨੂੰ ਸੁਲਤਾਨਪੁਰ ਲੋਧੀ ਆ ਕੇ ਇਹਨਾਂ ਨਜ਼ਾਰਿਆਂ ਦਾ ਆਨੰਦ ਵੀ ਜਿਹੜਾ ਉਹ ਮਾਨਣਾ ਚਾਹੀਦਾ। ਕੈਮਰਾਮੈਨ ਪਵਨ ਦੇ ਨਾਲ ਸੁਰੁਚੀ, ਸੁਲਤਾਨਪੁਰ ਲੋਧੀ। ਤੇ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਤਾਜ਼ਾ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।